Z5 ऐप डाउनलोड करो ते देखो पूरे एपिसोड बिल्कुल फ्री। ਨੂੰ ਸੱਚੀ ਨਹੀਂ ਸੀ ਪਤਾ ਸੀ ਡੈਡ ਕਿ ਅੱਧੀ ਰਾਤ ਆਪਣੇ ਦੋਸਤਾਂ ਘਰ ਜਾ ਕੇ ਉਹਨਾਂ ਦੀ ਬੇਇੱਜ਼ਤੀ ਕਿਵੇਂ ਕਰੀ ਦੀ। ਕੱਲ ਰਾਤ ਮੈਨੂੰ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਡੈਡ। ਤਮੀਜ਼ ਨਾਲ ਗੱਲ ਕਰ ਸਰਤਾਜ, ਜੇ ਤੂੰ ਮੇਰੀ ਗੱਲ ਮੰਨੀ ਹੁੰਦੀ ਨਾ ਤਾਂ ਉਹ ਸਭ ਕੁਝ ਨਹੀਂ ਹੋਣਾ ਸੀ ਜੋ ਕੁਝ ਹੋਇਆ। ਤੈਨੂੰ ਮੈਂ ਕਿਰਤ ਨੂੰ ਮਿਲਣ ਤੋਂ ਮਨਾ ਕੀਤਾ ਸੀ ਨਾ, ਤਾਂ ਫਿਰ ਕਿਉਂ ਤੂੰ ਅੱਧੀ ਰਾਤ ਨੂੰ ਉਹਦੇ ਘਰ ਮਿਲਣ ਲਈ ਗਿਆ? ਤੁਹਾਨੂੰ ਹੋ ਕੀ ਗਿਆ? ਇੰਨੇ ਜ਼ਿਆਦਾ ਕਿਵੇਂ ਬਦਲ ਸਕਦੇ ਹੋ ਤੁਸੀਂ? ਡੈਡ, ਮੈਨੂੰ ਲੱਗਦਾ ਸੀ ਨਾ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ, ਪਰ ਮੈਂ ਗਲਤ ਸੀ। ਪਹਿਲਾਂ ਜਦੋਂ ਮੈਂ ਕਿਰਤ ਤੋਂ ਪਸੰਦ ਨਹੀਂ ਸੀ ਕਰਦਾ ਉਦੋਂ ਤੁਸੀਂ ਮੈਨੂੰ ਵਾਰ ਵਾਰ ਕਹਿੰਦੇ ਸੀ ਕਿ ਕਿਰਤ ਨਾਲ ਦੋਸਤੀ ਕਰ, ਉਹਦੇ ਨਾਲ ਗੱਲ ਕਰ। ਹਮੇਸ਼ਾ ਮੇਰੇ ਸਾਹਮਣੇ ਉਹਦੀ ਤਾਰੀਫ ਕਰਦੇ ਰਹਿੰਦੇ ਸੀ। ਤੇ ਹੁਣ ਜਦੋਂ ਮੇਰੀ ਕਿਰਤ ਨਾਲ ਵਧੀਆ ਦੋਸਤੀ ਹੋ ਗਈ ਹੈ, ਸਾਨੂੰ ਇੱਕ ਦੂਜੇ ਨਾਲ ਰਹਿਣਾ ਵਧੀਆ ਲੱਗਣ ਲੱਗ ਗਿਆ, ਮੈਂ ਉਹਨੂੰ ਪਸੰਦ ਕਰਨ ਲੱਗ ਗਿਆ ਡੈਡ, ਉਹਨੂੰ ਪਿਆਰ ਕਰਨ ਲੱਗ ਗਿਆ, ਤੇ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਉਹਦੇ ਤੋਂ ਦੂਰ ਰਹਿ। I'm sorry, Dad. ਪਰ ਮੈਂ ਤੁਹਾਡੇ ਵਾਂਗ ਆਪਣੇ ਆਪ ਨੂੰ ਬਦਲ ਨਹੀਂ ਸਕਦਾ। ਮੇਰੇ ਦਿਲ 'ਚ ਕਿਰਤ ਅਤੇ ਉਹਦੇ ਪਰਿਵਾਰ ਲਈ ਜੋ ਪਿਆਰ ਅਤੇ ਇੱਜ਼ਤ ਹੈ ਉਹ ਹਮੇਸ਼ਾ ਉੱਦਾਂ ਹੀ ਰਹੂਗੀ। ਔਰ ਹਾਂ, ਜੇ ਤੁਹਾਨੂੰ ਸੱਚੀ ਲੱਗਦਾ ਨਾ ਕਿ ਤੁਸੀਂ ਕੁਝ ਗਲਤ ਕੀਤਾ ਤੇ ਤੁਸੀਂ ਜਾ ਕੇ ਕਿਰਤ ਅਤੇ ਉਹਦੇ ਪਰਿਵਾਰ ਤੋਂ ਮਾਫ਼ੀ ਮੰਗ ਲਓ। ਮੈਂ ਸੱਚ ਕਹਿ ਰਿਹਾ ਡੈਡ, ਉਹਨਾਂ ਦਾ ਦਿਲ ਬਹੁਤ ਵੱਡਾ ਹੈ, ਤੁਹਾਨੂੰ ਬਿਨਾਂ ਕੁਝ ਕਹੇ ਤੁਹਾਨੂੰ ਮਾਫ਼ ਕਰ ਦੇਣਗੇ। ਪਰ ਇਸ ਤਰ੍ਹਾਂ ਸਭ ਨੂੰ ਹਰਟ ਨਾ ਕਰੋ ਡੈਡ। ਬਸ ਬਹੁਤ ਹੋ ਗਿਆ, ਹੁਣ ਮੈਂ ਹੁਣ ਤੁਹਾਡੇ ਦੋਨਾਂ ਦੀ ਕੋਈ ਗੱਲ ਨਹੀਂ ਸੁਣਨੀ। ਜੇ ਦੁਬਾਰਾ ਤੁਹਾਡੇ ਵਿੱਚੋਂ ਕੋਈ ਵੀ ਰੋਇਆ ਨਾ ਮੈਂ ਘਰ ਛੱਡ ਕੇ ਚਲੀ ਜਾਣਾ। ਇਹ ਕੀ ਕਹਿ ਰਹੀ ਹੈ ਤੂੰ ਕਿਰਤ? ਕਿਰਤ ਤੇ ਹੋਰ ਕੀ ਕਰਾਂ ਮੈਂ, ਮੈਨੂੰ ਨਹੀਂ ਚਾਹੀਦੀ ਆ ਰੋਂਦੂ ਮੰਮੀ ਪਾਪਾ। ਚਲੋ ਹੁਣ ਦੋਨੋਂ ਸਮਾਈਲ ਕਰਕੇ ਦਿਖਾਓ। ਇੰਨਾ ਕੁਛ ਹੋ ਜਾਣ ਤੋਂ ਬਾਅਦ ਕਿਵੇਂ ਹੱਸ ਸਕਦੇ ਹਾਂ ਅਸੀਂ ਕਿਰਤ? ਮੰਮੀ ਪਾਪਾ, ਤੁਸੀਂ ਦੋਨਾਂ ਨੇ ਆਪਣੀ ਲਾਈਫ ਨੂੰ ਕਿੰਨਾ ਕੰਪਲਿਕੇਟਿਡ ਕੀਤਾ ਹੋਇਆ, ਪਲੀਜ਼ ਇੰਜੋਏ ਕਰੋ। ਕੋਈ ਦੋਸਤੀ ਨਹੀਂ ਟੁੱਟੀ, ਨਾ ਹੀ ਕੋਈ ਰਿਸ਼ਤਾ ਖਰਾਬ ਹੋਇਆ। ਤੁਹਾਡੀ ਦੁਬਾਰਾ ਦੋਸਤੀ ਕਰਵਾਉਣ ਦੀ ਰਿਸਪੋਂਸੀਬਿਲਿਟੀ ਹੁਣ ਮੇਰੀ ਹੈ। ਦੋਨਾਂ ਪਰਿਵਾਰਾਂ ਨੂੰ ਹੁਣ ਮੈਂ ਇਕੱਠੇ ਕਰਾਂਗੀ ਦੁਬਾਰਾ। ਕਿਰਤ, ਤੇਰਾ ਦਿਮਾਗ ਤੇ ਠੀਕ ਹੈ? ਸ਼ੰਮੀ ਹੁਣ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤੇ ਨਾ ਹੀ ਉਹਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਹੈ। ਜੇ ਉਹਨੂੰ ਪਛਤਾਵਾ ਹੁੰਦਾ ਨਾ ਤੇ ਉਹ ਸਾਡੇ ਤੋਂ ਮਾਫੀ ਜ਼ਰੂਰ ਮੰਗਦਾ। ਮਾਫੀ ਮੈਂ? ਤੂੰ ਮੰਗੇਗਾ ਸਰਤਾਜ, ਜੇ ਕਿਰਤ ਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਤੂੰ ਫਿਰ ਉਹੀ ਗਲਤੀ ਕੀਤੀ ਤੇ ਹੁਣ ਮੈਨੂੰ ਤੂੰ ਦੱਸੇਗਾ ਕਿ ਕੀ ਕਰਨਾ ਤੇ ਕੀ ਨਹੀਂ? ਸਰਤਾਜ, ਤੂੰ ਭੁੱਲਣਾ ਕਿ ਮੈਂ ਤੇਰਾ ਪਿਓ ਹਾਂ, ਤੇਰੇ ਤੋਂ ਜ਼ਿਆਦਾ ਜ਼ਿੰਦਗੀ ਤੇ ਰਿਸ਼ਤੇ ਦੇਖੇ ਮੈਂ ਤੇ ਇਹ ਮੇਰੀ ਤੈਨੂੰ ਲਾਸਟ ਵਾਰਨਿੰਗ ਹੈ ਕਿ ਹੁਣ ਤੂੰ ਕਿਰਤ ਨੂੰ ਨਹੀਂ ਮਿਲੇਗਾ। ਸੌਰੀ ਡੈਡ, ਮੇਰੇ ਤੋਂ ਨਹੀਂ ਹੋਣਾ ਹੈ ਕਿਉਂਕਿ ਰਿਸ਼ਤਿਆਂ ਨੂੰ ਭੁੱਲਣ ਦੀ ਆਦਤ ਤੁਹਾਡੀ ਹੈ, ਮੇਰੀ ਨਹੀਂ।
मैं तुहाडी इज्जत अज भी उन्नी करदा जिन्नी पहला करदा सी, पर तुसी मेरा सुभाव तां नहीं बदल सकते ना। मैं जो भी रिश्ता बनाउना उन्हूं मरते दम तक निभाउना। मैं तुहाडे नाल रहूंगा, पर मैं कीरत ते उहदे परिवार नूं नहीं भुल सकता। पर मैं अजा कुछ भी नहीं करूंगा जिहदे नाल तुहानूं दुख पहुंचे। तुसी दोनों फिकर ना करो, मैं प्रॉमिस कर दिया कि जिस शम्मी अंकल ने तुहाडी अज बेइज्जती कीती सी, उही शम्मी अंकल खुद दोबारा आके दोस्ती भी करेंगे। मैं तुहाडी दोस्ती नूं इस तरह टुटन नहीं देंगी। कीरत, तेनू पता भी है तू की कह रही है? कीरत पुत्र, इदा इमोशनल होके प्रॉमिस नहीं करी दे। तू खुद सोच, जिहड़ा इंसान सानू बराबर ही नहीं समझदा, वो साडे नाल दोस्ती या कोई रिश्ता क्यों रखेगा? पापा, मैं बहुत सोच समझ के प्रॉमिस किया है। शम्मी अंकल ते मिनो भी बहुत गुस्सा है, पर इस गुस्से का मतलब ये नहीं ना कि असी इन्ने साल पुरानी दोस्ती तोड़ दिए। दोस्ती करनी ते निभानी मैं तुहाडे दोनों तो सीखी है, पर हुण जो दोस्ती होगी वो कीरत दे हिसाब नाल होगी। तू कुछ ना करी कीरत, किते तेरी एक नदानी नाल तुम्हां परिवार च हमेशा हमेशा लई दूरी ना पै जाए। मम्मी, तुहानू डरन दी कोई लोड़ नहीं है। मैं यह डिसीजन इसलिए लिता है ताकि दोनों परिवारों विच जो दूरी पैदा हुई है वो खत्म हो जाए ते आपां पहला वांगू प्यार ना रहिए। मम्मी, भावें कोई कुछ भी कर ले या फिर मैनू कुछ भी करना पए, पर मैं दोस्ती दोबारा करवा के ही रहांगी ते आ दिलां दे रिश्ते नू जोड़ के ही रहांगी। पापा ने तो प्रॉमिस करता, पर ये सब होएगा किद्दा? पर मैनू पता है, जदों भी असीं कोई चंगा काम करन जाने हैं, पापा जी हमेशा साथ देंदे हैं। इस विच भी बाबा जी जरूर कोई राह दिखाउणगे मैनू। Z5 ऐप डाउनलोड करो ते वेखो सारे एपिसोड बिल्कुल फ्री।